ਮੇਰਾ ਨਾਮ ਹਰਬੰਸ ਸਿੰਘ ਹੈ ਜੀ, ਬਰਨਾਲਾ ਆਪਣੇ ਦਾਣਾ ਮੰਡੀ ਯੂਨੀਅਨ ਦਾ ਪ੍ਰਧਾਨ ਹਾਂ ਮੈਂ। ਅਤੇ ਸਾਨੂੰ ਸਮੱਸਿਆ ਇਹ ਵੀ ਸਾਡੇ ਜਾਣ ਕਿ ਜਿਹੜੀਆਂ ਗੱਡੀਆਂ ਨੇ ਸਾਡੀਆਂ 100% ਹਰ ਇੱਕ ਬੰਦੇ ਦੀ ਕਿਸ਼ਤਾਂ ਦੀਆਂ ਗੱਡੀਆਂ ਨੇਗੀਆਂ, ਟੈਕਸ ਪਾਸ ਵੀ ਸਾਨੂੰ ਬਹੁਤ ਪ੍ਰੋਬਲਮ, ਕੰਮ ਹੈ ਨਹੀਂ ਗਾ। ਕੰਮ ਕਿਉਂ ਨਹੀਂ ਹੈਗਾ, ਜਿਹੜੀਆਂ ਜਗਾੜੂ ਰੇਹੜੀਆਂ ਬਣੀਆਂ ਨੇ, ਮੋਟਰਸਾਈਕਲ ਦੇ ਰੇਹੜੀਆਂ ਲੱਗੀਆਂ ਨੇ 20-25 ਹਜ਼ਾਰ 'ਚ ਲੈ ਕੇ ਲਿੱਤੇ ਵੀ ਇਹਨਾਂ ਦੀਆਂ, ਟੈਕਸ ਪਾਸ ਇਹਨਾਂ ਦਾ ਕੋਈ ਹੈ ਨਹੀਂ, ਕੋਈ ਨੰਬਰ ਪਲੇਟ ਵੀ ਪ੍ਰੋਪਰ ਇਹਨਾਂ ਦੇ ਕਿਸੇ ਦੇ ਲੱਗੀ ਨਹੀਂ ਹੋਈ ਹੈ। ਅਤੇ ਸਾਨੂੰ ਇਹਨਾਂ ਦਾ ਮਸਲਾ ਜਾਣ ਕੇ ਬਹੁਤ ਜ਼ਿਆਦਾ ਗੰਭੀਰ ਕਰਖਿਆ ਸਾਨੂੰ ਇਹਨਾਂ ਨੇ, ਸਾਡੇ ਸਾਰਿਆਂ ਦੀ ਗੱਡੀਆਂ ਕਿਸ਼ਤਾਂ ਦੇ ਟੈਕਸ ਪਾਸਿੰਗ ਸਾਨੂੰ ਮਾਫ਼ ਨਹੀਂ ਹੋ ਰਹੇ। ਹਾਏ ਮਾੜਾ, 3 ਮਹੀਨੇ ਬਾਅਦ ਸਾਨੂੰ ਟੈਕਸ ਪਾਸਿੰਗ ਕਰਾਉਣਾ ਪੈਂਦਾ, ਪਾਸਿੰਗ ਕਰਾਉਣੀ ਪੈਂਦੀ ਹੈ ਜੀ। ਅਤੇ ਜਵਾਕ ਸਾਡੇ ਵੀ ਨੇ, ਸਰਕਾਰਾਂ ਨੂੰ ਵੋਟਾਂ ਪਾ ਕੇ ਅਸੀਂ ਵੀ ਸਰਕਾਰ ਬਣਵਾਈ ਹੈ, ਵਿੱਚ ਕਹਿ ਕੇ ਆਮ ਆਦਮੀ ਪਾਰਟੀ ਕਹਿੰਦੇ ਆ ਵੀ ਸਾਨੂੰ ਮੋਟਰਸਾਈਕਲਾਂ ਨੇ ਵੋਟਾਂ ਪਾਈਆਂ, ਅਸੀਂ ਵੀ ਵੋਟਾਂ ਉਹਨਾਂ ਨੂੰ ਪਾਈਆਂ ਵੀ ਸਾਡੇ ਵੀ ਮਸਲੇ ਹੱਲ ਹੋਣੇ ਚਾਹੀਦੇ ਨੇ। ਉਹਨਾਂ ਨੂੰ ਖੁੱਲ੍ਹੀ ਛੋਟ ਦਿੱਤੀ ਵੀ ਕੰਮ ਕਰੋ, ਇਹ 20-22 ਫੁੱਟਾਂ ਮਾਲ ਪਾ ਕੇ ਰੋਡ ਦੇ ਉੱਤੇ ਤੁਰੇ ਪੈ ਜਾਂਦੇ ਨੇ, ਸਾਡੀ ਸੁਣਦੇ ਨਹੀਂ ਹੈਗੇ। ਇਹਨਾਂ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਵੀ ਸਾਨੂੰ ਵੀ ਖੁੱਲ੍ਹੀ ਛੁੱਟੀ ਦਿਓ ਜੇ ਸਾਡੇ ਟੈਕਸ ਪਾਸਿੰਗ ਮਾਫ਼ ਕਰੋ, ਅਸੀਂ ਕੰਮ ਕਰਦੇ ਲੈ ਗਏ, ਅਸੀਂ ਬੱਚਿਆਂ ਨੂੰ ਪੜ੍ਹਾ ਲਿਖਿਆ ਕਰੀਏ ਅਤੇ ਇਹਨਾਂ ਦੇ ਮੂੰਹ 'ਚ ਰੋਟੀ ਪਾਈਏ। ਮੇਰਾ ਨਾਮ ਬਲੌਰ ਸਿੰਘ ਹੈ ਅਤੇ ਇਹ ਸਾਨੂੰ ਮਸਲਾ ਕਿ ਸਾਨੂੰ ਜਿਹੜੇ ਆਪਣੇ ਆਹ ਜਗਾੜੂ ਰੇਹੜੀਆਂ ਨੇਗੀਆਂ, ਇਹ ਸਾਨੂੰ ਸਾਰਾ ਸਾਡਾ ਜਿਹੜਾ ਸਮਾਨ ਆ ਸਾਰਾ ਹੀਟ ਹੋ ਗਿਆ, ਬਿਲਕੁਲ ਘੱਟ ਰੇਟ 'ਤੇ ਜਾਂਦੀਆਂ ਨੇਗੀਆਂ। ਇਹ ਕਹਿੰਦਾ ਸਾਡਾ 100 ਰੁਪਏ ਤੇਲ ਮੱਚਦਾ ਗਾ, ਸਾਡਾ ਹੁਣ ਇੱਥੇ 500 ਦਾ ਮੱਚਦਾ, ਉੱਥੇ ਅੱਧ ਰੇਟ ਜਾਂਦੇ ਨੇਗੇ। ਉਹ ਅਸੀਂ ਟੈਕਸ ਵੀ ਭਰਦੇ ਹਾਂ, ਨੰਬਰ 2 ਗੱਡੀ ਦੇ ਆਪਣੇ ਟੂਲ ਪਲਾਜ਼ਾ ਵੀ ਦਿੰਦੇ ਹਾਂ, ਇਹ ਸਾਰਾ ਕੁਛ ਸਾਨੂੰ ਦੇਣਾ ਪੈਂਦਾ ਗਾ, ਬੰਗਾਰ ਵੀ ਸੰਭਾਲਦੇ ਨੇਗੇ। ਅਤੇ ਇਸ ਤਰ੍ਹਾਂ ਸਾਨੂੰ ਸਾਰਾ ਸਮੱਸਿਆ ਆਉਂਦੀਆਂ ਨੇਗੀਆਂ, ਅਸੀਂ 5-5-6-6 ਲੱਖ ਰੁਪਏ ਲਾਈ ਬੈਠਾ, ਸਾਨੂੰ ਸਾਰਾ ਕੁਛ ਭਰ ਦੇਵਾਂ, ਇਹ ਆਰਾਮ ਨਾਲ ਸਾਰਾ ਕੁਛ ਜਾਂਦਾ, ਸਾਰਾ ਕੁਛ ਇਹਨੂੰ ਫ੍ਰੀ ਆ, ਕਿਉਂਕਿ ਅਸੀਂ ਤਾਂ ਫਿਰ ਪੈਸੇ ਲਾ ਕੇ ਇਸ ਤਾਂ ਕਾਸੇ ਜੋਗੇ ਨਹੀਂ ਹੈਗੇ। ਹੁਣ ਇਹ ਨੰਬਰ ਬਾਹਰ ਮਾਲ ਕੱਢਿਆ ਸਾਰਾ ਕੁਛ, ਸਾਡਾ ਮਾਲ ਡਾਲਾ ਖੋਲ੍ਹਿਆ, ਸਾਨੂੰ ਤਾਂ ਵੀ ਘਿਰਨ ਤੱਕ ਜਾਂਦੇ ਨੇਗੇ। ਕੀ ਗੱਲ, ਸਾਨੂੰ ਇਹਨਾਂ ਪੂਰੀਆਂ ਹਦਾਇਤਾਂ ਸਾਡੇ ਕੋਲ, ਸਾਨੂੰ ਕੋਈ ਹੈ ਹੀ ਨਹੀਂ, ਨਾਲੇ ਸਾਰਾ ਕੁਛ ਦਿੰਦੇ ਹਾਂ, ਨਾਲੇ ਅਸੀਂ ਵਿਗਾੰ ਦਿੰਦੇ ਹਾਂ। ਸਾਨੂੰ ਘੱਟੋ ਘੱਟ ਸਾਨੂੰ ਤਾਂ ਕੋਈ ਹੋਣਾ ਚਾਹੀਦਾ, ਨਾ ਇਹ ਬੰਦ ਹੋਣੀਆਂ ਚਾਹੀਦੀਆਂ, ਅਸੀਂ ਇਹਨਾਂ ਤੋਂ ਬਹੁਤ ਪਰੇਸ਼ਾਨ ਹਾਂ। ਅਸੀਂ ਪ੍ਰਸ਼ਾਸਨ ਦੀ ਇਹੀ ਮੰਗ ਕਰਦਾਂਗੇ, ਜਿਹੜਾ ਜਗਾੜੂ ਹੈ ਸਭ ਕੁਛ ਬੰਦ ਕਰਨਾ ਹੋਵੇ, ਬੰਦ ਕਰਨਾ ਚਾਹੀਦਾ ਜੀ। ਜਾਂ ਸਾਡੀਆਂ ਅਸੀਂ ਗੱਡੀਆਂ ਅਸੀਂ ਖੜਾ ਦੇ, ਸਾਡੀਆਂ ਚਾਬੀ ਲੈ ਲਓ, ਸਾਡੇ ਜਵਾਕ ਅਸੀਂ ਬਹਿ ਜਾਣਾ, ਜਾ ਕੇ ਡੀਸੀ ਦਫ਼ਤਰ ਹੋਇਆ, ਸਾਨੂੰ ਰੋਟੀਆਂ ਦਿਓ, ਅਸੀਂ ਹੋਰ ਕੌਣ ਦਊਗਾ। ਅਸੀਂ ਪੈਸਾ ਲਾ ਲਾ ਕੇ ਅਸੀਂ ਭੁੱਖੇ ਮਰ ਰਹੇ ਹਾਂ, ਤੁਸੀਂ ਸਾਰਾ ਮਾਲ ਲੇਟ ਹੋ ਰਿਹਾ, ਦੱਸੋ ਕੀ ਕਰਿਆ ਜਾਵੇ ਇਹਨਾਂ ਦਾ। ਕਿਸ਼ਤਾਂ ਸਾਡੇ ਕੋਲ ਕਿਸ਼ਤਾਂ ਭਰਦੇ ਹਾਂ, ਕਦੇ ਕੋਸ ਕਦੇ ਕੋਸ ਸਾਨੂੰ ਕਿਸੇ ਪਾਸੇ ਆਈ ਜਾਂਦਾ, ਸਭ ਦੀਆਂ ਕਿਸ਼ਤਾਂ ਟੁੱਟੀਆਂ ਪਈਆਂ ਨੇ। ਇਹ ਸਰਕਾਰ ਨੂੰ ਇਹੀ ਮੰਗ ਕਰੇ, ਜਾਂ ਤਾਂ ਸਾਨੂੰ ਕੀ ਮਸਲਾ ਸਾਡਾ ਹੱਲ ਕੀਤਾ, ਨਹੀਂ ਇਹਦਾ ਸੰਘਰਸ਼ ਸਾਡਾ ਤੇਜ਼ ਹੋਊਗਾ, ਗਾਂ ਨੂੰ ਅਸੀਂ ਨਵਾਂ ਸੰਘਰਸ਼ ਹੋਰ ਤੇਜ਼ ਵਿਢਾਂ ਗਾਂ ਨੂੰ, ਕਿਉਂਕਿ ਅਸੀਂ ਡੀ ਸੀ ਤੋਂ ਆਪਣੇ ਦਫ਼ਤਰ ਘਿਰਾਂਗੇ ਜਾ ਕੇ। ਬਿਕਰ ਸਿੰਘ ਜੀ, ਬਰਨਾਲਾ ਤੋਂ ਬੁਲਾਉਣ ਕਰਦੇ ਹਾਂ, ਦਾਣਾ ਮੰਡੀ ਯੂਨੀਅਨ ਦੇ ਵਿੱਚ ਮੈਂ ਰਹਿੰਦਾ ਜੀ। ਸਰ, ਇੱਕ ਰਿਕੁਐਸਟ ਜੀ ਸਾਡੀ ਪੰਜਾਬ ਗੌਰਮੈਂਟ ਨੂੰ, ਵੀ ਇਹ ਜਗਾੜੂ ਵਾਹਨ ਨੇ ਇਹ ਆਪਣੇ ਹਾਈ ਕੋਰਟ ਤੋਂ ਮਨਜ਼ੂਰੀ ਪਈ ਸੀਗੀ ਬੰਦ ਕਰਨ ਵਾਸਤੇ, ਸਰ ਅਸੀਂ ਇਹਨਾਂ ਦਾ ਐਂਟੀ ਨਹੀਂ ਜਾਂਦੇ, ਕਿਸੇ ਦੀ ਰੋਟੀ ਨਹੀਂ ਖਾਂਦੇ, ਗੱਲਾਂ 2 ਨਹੀਂ ਛੱਡ ਲੈਵੇ ਬਿਲਕੁਲ ਹੀ, ਵੀ ਜਾਂ ਤਾਂ ਜਿਹਨਾਂ ਨੂੰ ਸੂਟ ਜੇ ਦੇਣੀ ਆ ਗੌਰਮੈਂਟ ਨੇ, ਤਾਂ ਇਹਨਾਂ ਨੂੰ ਜਾਂ ਸਬਜ਼ੀ ਵੇਚ ਸਕਦੇ, ਕੁਛ ਵੀ ਕਰ ਸਕਦੇ ਨੇ, ਲੋਡ ਨਹੀਂ ਲੱਦ ਸਕਦੀ, ਲੋਕਲ ਲੋਕਲਾਂ ਦਾ ਕੰਮ ਕਰ ਸਕਦੇ, ਜਿਹੜਾ ਬਾਹਰਲਾ ਵਹੀਕਲ ਲਿਜਾ ਰਹੇ ਨੇ ਜੀ। ਸਰ, ਕਾਰਨ ਕੀ ਆ, ਇਹ 10 ਫੁੱਟਾਂ ਮਾਲ ਲੱਦ ਕੇ ਲੈ ਕੇ ਆਉਂਦੇ ਨੇ, ਜੇ ਅਸੀਂ 10 ਫੁੱਟਾਂ ਮਾਲ ਸਾਡੇ ਛੋਟੇ ਹੱਥੀਂ 'ਚ ਪਾਉਣੇ ਜੀ, ਤਾਂ ਸਾਡਾ ਡਾਲਾ ਖੁੱਲ੍ਹਦਾ ਜੀ, ਤਾਂ ਸਾਡਾ ਚਲਾਨ ਵੀ ਹੁੰਦਾ ਜੀ। ਜੇ 8 ਫੁੱਟ ਵੀ ਮਾਲ ਲੈ ਕੇ ਜਾਂਦੇ, ਪਲਾਈ ਬੋਰਡ ਵਗੈਰਾ ਲੈ ਕੇ ਜਾਂਦੇ ਹਾਂ, ਤਾਂ ਵੀ ਸਾਡਾ 1.5 ਫੁੱਟ ਵਾਲੇ ਡਾਲਾ ਖੁੱਲ੍ਹਿਆ ਜੀ, ਸਾਨੂੰ ਤਾਂ ਵੀ ਪ੍ਰੋਬਲਮ ਆਉਣੇ, ਸਾਡੇ ਚਲਾਨ ਕੱਟ ਜਾਂਦੇ। ਦੂਜੀ ਗੱਲ ਇਹ, ਸਰ ਲੋਡ ਹੈ ਜਿੰਨਾ ਸਾਰੇ ਲੈ ਜਾਂਦੇ, 7.5 ਕੁਇੰਟਲ ਵਾਲੀ ਪਾਸ ਆ, 7.5 ਕੁਇੰਟਲ ਇਹ ਲੈ ਜਾਂਦੇ ਜੀ, ਛੱਡ ਲੈ ਵੀ ਕੀ ਰਹਿ ਗਿਆ ਜੀ। ਜੇ ਅਸੀਂ ਫਰਨੀਚਰ ਲੱਦਦੇ ਜੀ, ਤਾਂ ਫਰਨੀਚਰ ਦੇ ਵਿੱਚ ਗੱਡੀ ਸਾਡੀ ਓਵਰਲੋਡ ਹੋਊਗੀ ਹੋਊਗੀ, ਓਵਰ ਤਾਂ ਓਵਰ ਹਾਈਟ ਨਿਕਲੂਗੀ, ਡਾਲਾ ਵੀ ਸਾਡਾ ਖੁੱਲੂਗਾ, ਤਾਂ 2 ਗੱਡੇ ਮੋਟਰਸਾਈਕਲ ਤਾਂ ਉਹ ਮਾਲ ਪਾ ਕੇ ਲੈਂਦੇ, ਸਾਡਾ ਹੱਥੀਂ ਤਾਂ ਕੰਮ ਗਿਆ ਜੀ, ਪੀਕਅਪ ਦਾ ਕੰਮ ਗਿਆ, ਸਾਡੇ ਕੋਲ ਸਾਡਾ ਲੋਡ ਕੀ ਰਹਿ ਗਿਆ ਜੀ। ਅਸੀਂ ਬੱਚੇ ਪਾਲਦੇ ਹਾਂ, ਮੇਰੇ 3 ਗੁੱਡੀਆਂ 1 ਬੇਟਾ ਜੀ, ਅਸੀਂ ਉਹ ਪਰਿਵਾਰ ਵੀ ਪਾਲਣਾ। ਅਸੀਂ ਇੱਕ ਬੰਦਾ ਮੋਟਰਸਾਈਕਲ ਲੈ ਕੇ 30,000 ਰੁਪਏ ਦੀ ਮੋਟਰਸਾਈਕਲ ਲੈ ਕੇ ਉਹ ਮਾਲਕ ਬਣਦਾ, ਅਸੀਂ 30,000 ਭਰ ਕੇ ਅਸੀਂ ਕੰਪਨੀ ਦੇ ਨੌਕਰ ਲੱਗਦੇ 5 ਸਾਲ ਵਾਸਤੇ, 5 ਸਾਲ ਬਾਅਦ ਤਾਂ ਨੌਕਰ ਲੱਗ ਕੇ 10,000-12,000 ਕਿਸ਼ਤਾਂ ਛੱਡੀਆਂ ਜੀ। ਅਸੀਂ ਕਿਸ਼ਤਾਂ ਭਰ ਸਕਦੇ ਹਾਂ ਜਾਂ ਅਸੀਂ ਭਾਈ ਪੇਟ ਪਾਲ ਸਕਦੇ ਜੀ। ਅਸੀਂ ਸਰਕਾਰ ਵੱਲੋਂ ਇਹੀ ਮੰਗ ਆ ਵੀ ਸਾਡਾ ਕੋਈ ਹੱਲ ਕੱਢਿਆ ਜਾਵੇ, ਅਸੀਂ ਸਰਕਾਰ ਦੇ ਐਂਟੀ ਦੇ ਸਰਕਾਰ ਤੋਂ ਅਸੀਂ ਮੰਗ ਪੱਤਰ ਰੱਖ ਸਕਦੇ, ਸਰਕਾਰ ਸਾਡੇ ਮਸਲੇ ਹੱਲ ਕਰ ਸਕਦੀ ਆ। ਅਸੀਂ ਜੀ ਅੱਗੇ ਅੱਗੇ ਭਾਈ ਜਿਹੜੀ ਇਹ ਸੰਘਰਸ਼ ਆ ਵੀ ਅਸੀਂ ਅੱਗੇ ਵਧਾ ਕੇ ਰੱਖਾਂਗੇ ਜੀ, ਡੀ ਸੀ ਦਫ਼ਤਰ ਘਰਾਓ ਕਰਾਂਗੇ, ਅਸੀਂ ਧਰਨੇ ਵੀ ਲਾਵਾਂਗੇ, ਅਸੀਂ ਇਸ ਗੱਲ ਦਾ ਵਿਰੋਧ ਕਰਾਂਗੇ, ਰੋਡ ਵੀ ਜਾਮ ਕਰਾਂਗੇ। ਕੱਲ੍ਹ ਅਸੀਂ ਨਹੀਂ ਕਹਿੰਦੇ ਵੀ ਸਾਡੇ ਸਾਡੇ ਸੰਘਰਸ਼ ਦੇ ਨਾਲ ਵੀ ਆਮ 'ਚ ਪਬਲਿਕ ਦੁਖੀ ਹੋਵੇ ਜੀ।
ਪਰੇਸ਼ਾਨ ਹੈ ਬਾਈ ਜੀ, ਕਿਸੇ ਨੂੰ ਪਰੇਸ਼ਾਨ ਕਰਕੇ ਖੁਸ਼ ਨਹੀਂ ਗਈ, ਸਾਰਾ ਪੰਜਾਬ ਪੱਧਰ 'ਤੇ ਹੋਈ ਜੀ। ਸਾਡਾ ਇਹੀ ਮੰਗ ਹੈ ਜੀ, ਸਾਡੇ ਜੇ ਸਾਡੇ ਇਹ ਜਿਹੜੀਆਂ ਮੋਟਰਸਾਈਕਲ ਚਲਾਉਣੀ ਚਾਹੀਦੀ ਗੌਰਮੈਂਟ ਸੀ, ਗੌਰਮੈਂਟ ਨੂੰ ਇਹ ਅਪੀਲ ਕਰਦੇ ਹਾਂ ਵੀ ਸਾਡਾ ਜਿਹੜਾ ਹਾਈਟ ਆ, ਸਾਡੀ ਹਾਈਟ ਦਾ ਚਲਾਣ ਨਾ ਹੋਵੇ, ਸਾਡਾ ਡਾਲਾ ਖੁੱਲ੍ਹਿਆ ਚਲਾਣ ਨਾ ਹੋਵੇ, ਓਵਰਲੋਡ ਦਾ ਚਲਾਣ ਹੋਵੇ, ਚੱਲਣਾ ਅਸੀਂ ਕਿਸੇ ਰੋਟੀ ਦੇ ਦਾਤੀ ਮਾਰਦੇ, ਸਾਡੇ ਟੈਕਸ ਪਾਸਿੰਗ ਮਾਫ਼ ਹੋਣੇ ਜਾਣੇ ਸਾਡੇ ਟੂਲ ਪਲਾਜੇ ਸਾਨੂੰ ਅਲੱਗ ਪੈਂਦੇ ਜੀ। ਜੇ ਅਸੀਂ ਅੱਜ 25 ਕਿਲੋਮੀਟਰ ਭਦੌੜ ਜਾਂਦੇ ਹਾਂ ਤਾਂ 10 ਕਿਲੋਮੀਟਰ ਦਾ ਟੂਲ ਟੈਕਸ ਹੈ, ਅਸੀਂ 25 ਕਿਲੋਮੀਟਰ ਦਾ 200 ਰੁਪਏ ਪਲੱਸ 800 ਦਾ ਗੜਾ 200 ਪਲੱਸ ਅਸੀਂ ਟੂਲ ਟੈਕਸ ਲੈਂਦੇ ਹਾਂ, ਤਾਂ ਉੱਥੇ ਮੰਗਦੇ ਹਾਂ ਤਾਂ ਮੋਟਰਸਾਈਕਲ ਵਾਲਾ ਇਹ ਨਹੀਂ ਪਤਾ 7.5 ਕੁਇੰਟਲ ਬਸ ਵਜਨ ਪਾ ਕੇ ਮੋਟਰਸਾਈਕਲ ਵਾਲਾ 600 ਬਾਗ ਜੀ, ਹੁਣ ਸਾਨੂੰ ਵਾਲਾ 10,000 ਰੁਪਏ ਕਿੱਥੇ ਦਊ ਜੀ, ਨਾਲੇ ਹੁਣ ਟੂਲ ਕੋਈ ਨਹੀਂ ਜੀ, ਉਹਨਾਂ ਦਾ ਕੋਈ ਟੂਲ ਨਹੀਂ ਲੱਗਦਾ ਜੀ, ਨਾ ਉਹਨਾਂ ਰੁਕਾਵਟ ਹੈ ਜੀ ਕੋਈ, ਦੋਨਾਂ ਸਾਈਡਾਂ ਦੇ ਮਾਲ ਲੱਗਦੇ ਨੇ, ਬਾਈ ਚਾਂਸ ਰੇਹੜੀ ਹਿੱਲ ਜੇ ਜੀ ਕਿਸੇ ਵਿੱਚ ਵੱਜੇ, ਉਹਦਾ ਬਾਲੀ ਵਾਰਸ਼ ਕੋਣ, ਕੋਈ ਬਾਲੀ ਵਾਰਸ਼ ਨਹੀਂ, ਨਾ ਉਹ 'ਤੇ ਕੋਈ ਪਰਚਾ ਕਰ ਜਾਵੇ, ਉਹਨੂੰ ਗਰੀਬ ਕਹਿ ਕੇ ਛੱਡ ਜਾਂਦਾ, ਅਸੀਂ ਵੀ ਗਰੀਬ ਹਾਂ ਜੀ, 50,000 ਲਾ ਕੇ ਕੰਪਨੀ ਵੱਲੋਂ ਅਸੀਂ ਕੰਨੂ ਉੱਕਰ ਲੱਗੇ ਨੇ, ਅਸੀਂ ਗਰੀਬ ਆ ਕਿ ਰੇਹੜੀ ਵਾਲੇ ਗਰੀਬ ਨੇ, ਅਸੀਂ ਮਾਲਕ ਅਸੀਂ ਗੌਰਮੈਂਟ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਵੀ 30,000 ਰੁਪਏ ਲਾ ਕੇ ਬੰਦਾ ਮਾਲਕ ਆ, ਜਾਂ 50,000 ਲਾਵੇ ਗੱਡੀ ਲਿਆ ਕੇ 6.5 ਲੱਖ ਦੀ ਬੰਦਾ ਉਹ ਮਾਲਕ ਬਣਦਾ। ਮੈਂ ਰਣਜੀਤ ਸਿੰਘ ਜੀ, ਰਾਧੇ ਕ੍ਰਿਸ਼ਨਾ ਜੂਨੀਅਰ ਬਰਨਾਲਾ ਤੋਂ ਬਿਲੋਂਗ ਕਰਦਾ ਹੈਗਾ, ਮੈਂ ਇਹ ਕਹਿ ਰਿਹਾ ਹੈਗਾ ਵੀ ਜਿਹੜੇ ਇਹ ਜਗਾੜੂ ਰੇਹੜੀਆਂ ਵਾਲੇ ਮੋਟਰਸਾਈਕਲ ਚੱਲ ਰਹੇ ਨੇ, ਵੀ ਇਹਨਾਂ ਦਾ ਸਾਨੂੰ ਬਹੁਤ ਉਹ ਹੋ ਰਿਹਾ, ਨੁਕਸਾਨ ਹੋ ਰਿਹਾ ਹੈਗਾ, ਇਹ ਜਿੱਥੇ ਅਸੀਂ 500 ਜਾਂਦੇ ਹਾਂ ਇਹ 300 'ਚ ਜਾਂਦੇ ਆ, ਨਾ ਤਾਂ ਇਹਨਾਂ ਦਾ ਕੋਈ ਟੈਕਸ ਹੈਗਾ, ਨਾ ਇਹਨਾਂ ਦਾ ਕੋਈ ਪਰਮਿਟ ਆ, ਆਰਸੀ ਵੀ ਨਹੀਂ ਹੋਣੀ ਕਿਸੇ ਕੋਲ, ਜਿਹਦੀ ਮਰਜ਼ੀ ਆ ਲੰਘੇ ਜਾਂਦੇ, ਜਿਹਦੀ ਮਰਜ਼ੀ ਚੈੱਕ ਕਰ ਲਓ, ਕਿਸੇ ਕੋਲ ਕੋਈ ਆਰਸੀ ਵੀ ਨਹੀਂ ਹੋਣੀ ਵਿਦਾਊਟ ਲਾਇਸੈਂਸ ਹੈਗਾ, ਵੀ ਜਾਂ ਤਾਂ ਇਹਨਾਂ ਦਾ ਜਿਹੜਾ ਏਰੀਆ ਹੈਗਾ ਉਹ ਲਿਮਿਟ ਕੀਤਾ ਜਾਵੇ, ਵਜਨ ਲਿਮਿਟ ਕੀਤਾ ਜਾਵੇ, ਇਹਨਾਂ ਨੂੰ ਕੋਈ ਓਵਰਲੋਡਿੰਗ ਆ ਜਿਹੜੀ ਉਹ ਇਹਨਾਂ ਦੀ ਬੰਦ ਕੀਤੀ ਜਾਵੇ, ਸਿਰਫ ਮਾਰਕੀਟ ਦੇ ਵਿੱਚ ਲੋਕਲ ਰਹਿਣੇ ਚਾਹੀਦੇ ਆ, ਆਪਦੀ ਸਬਜ਼ੀ ਵੇਚਣ, ਇਹ ਹੁਣ ਇਹ ਕਹਿੰਦੇ ਵੀ ਸਾਡੇ ਬੱਚੇ ਭੁੱਖੇ ਮਰਦੇ ਹੈਗੇ, ਸਾਲ ਹੋ ਗਿਆ 2 ਸਾਲ ਹੋ ਗਿਆ ਉਹਨਾਂ ਨੂੰ ਇਹ ਕੰਮ ਕਰਦਿਆਂ ਨੂੰ, ਪਰ ਬੱਚੇ ਤਾਂ ਇਹਨਾਂ ਦੇ ਪਹਿਲਾਂ ਵੀ ਸੀਗੇ ਜਦੋਂ ਇਹਨਾਂ ਕੋਲ ਰੇਹੜੀਆਂ ਹੈ ਨਹੀਂ ਸੀਗੀਆਂ, ਬੱਚੇ ਤਾਂ ਪਹਿਲਾਂ ਵੀ ਸੀਗੇ ਨਾ, ਇਹ ਕੋਈ ਹੁਣ ਕੋਈ ਨਵੇਂ ਦਾ ਬੱਚੇ ਨਹੀਂ ਹੋਏ, ਕਹਿੰਦੇ ਸਾਡੇ 3-3 ਕੁੜੀਆਂ ਹੈਗੀਆਂ, ਕੀ ਗੱਲ ਅਸੀਂ ਸਾਰੇ ਬਿਨਾਂ ਬੱਚਿਆਂ ਦੇ ਹੋ ਗਏ, ਬੱਚੇ ਤਾਂ ਸਾਡੇ ਵੀ ਆ ਸਾਰਿਆਂ ਦੇ, ਕੁੜੀਆਂ ਮੁੰਡੇ ਸਾਡੇ ਵੀ ਆ, ਅਸੀਂ ਵੀ ਪਾਲਦੇ ਹਾਂ, ਅਸੀਂ ਵੀ ਪੜ੍ਹਾਉਂਦੇ ਲਿਖਾਉਂਦੇ ਹਾਂ ਉਹਨਾਂ ਨੂੰ, ਫਿਰ ਅਸੀਂ 15,000 ਰੁਪਈਆ 'ਤੇ ਕਿਸ਼ਤਾਂ ਭਰਦੇ ਹਾਂਗੇ, ਟੋਲ ਟੈਕਸ ਸਾਨੂੰ ਪੈਂਦੇ ਹੈਗੇ, ਰੋਡ ਟੈਕਸ ਸਾਨੂੰ ਪੈਂਦੇ ਹੈਗੇ, ਅਗਰ ਨਹੀਂ ਟੋਲ ਟੈਕਸ ਭਰਦੇ ਨਹੀਂ ਰੋਡ ਟੈਕਸ ਭਰਦੇ ਸਾਨੂੰ ਪਲੰਟੀਆਂ ਪੈਂਦੀਆਂ ਉਹਦੀਆਂ, ਬੀਮਾ ਲਾਗੂ ਕਰਤਾ ਇਹਨਾਂ ਦਾ, 50,000 ਰੁਪਈਏ ਦਾ ਆਪਣਾ ਸਾਰਾ ਸਾਧਨ ਬਣ ਜਾਂਦਾ ਜ਼ਿੰਦਗੀ ਦਾ, ਅਤੇ ਸਾਡਾ 50-60,000 ਰੁਪਈਆ ਇੱਕ ਸਾਲ ਦੇ ਕਾਗਜ਼ਾਂ 'ਤੇ ਲੱਗਦਾ ਹੈਗਾ।